12 ਨਵੰਬਰ ਨੂੰ ਪਲੇਸਟੇਸ਼ਨ 5 ਲਾਂਚ ਹੋਇਆ ਤੇ 23 ਨਵੰਬਰ ਨੂੰ ਸੋਨੀ ਦੇ ਸੀਈਓ ਜਿਮ ਰਾਇਨ ਨੇ ਦੱਸਿਆ ਕਿ ਪਲੇਸਟੇਸ਼ਨ 5 ਇਜ਼ ਐਬਸੋਲੂਟਲੀ ਸੋਲਡ ਆਊਟ ਤੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਇਹਦੀ ਸਪਲਾਈ ਦੀ ਸ਼ਾਰਟੇਜ ਇਦਾਂ ਹੀ ਬਣੀ ਰਹਿਣੀ ਆ। ਇੰਨੀ ਜਲਦੀ ਤਾਂ ਆਈਫੋਨ ਵੀ ਨਹੀਂ ਵਿਕਦਾ, ਫਿਰ ਪਲੇਸਟੇਸ਼ਨ ਵਿੱਚ ਇਦਾਂ ਦੀ ਕੀ ਖਾਸ ਗੱਲ ਆ ਕਿ ਪੂਰੀ ਦੁਨੀਆ ਇਹਦੇ ਪਿੱਛੇ ਦੀਵਾਨੀ ਹੋਈ ਫਿਰਦੀ ਆ? ਪਹਿਲਾ ਕਾਰਨ ਤਾਂ ਪਲੇਸਟੇਸ਼ਨ 4 ਦੀ ਸਕਸੈਸ ਆ, ਕਿਉਂਕਿ ਸੋਨੀ ਨੇ ਪਲੇਸਟੇਸ਼ਨ 4 ਦੇ ਉੱਤੇ ਇੱਕ ਤੋਂ ਬਾਅਦ ਇੱਕ ਵਧੀਆ ਗੇਮਾਂ ਲਾਂਚ ਕੀਤੀਆਂ ਤੇ ਉਹੀ ਗੇਮਾਂ ਦੇ ਅਗਲੇ ਪਾਰਟ ਹੁਣ ਪਲੇਸਟੇਸ਼ਨ 5 ਤੇ ਆ ਰਹੇ ਆ। ਇਹਦੇ ਕਰਕੇ ਲੋਕਾਂ ਨੂੰ ਪਹਿਲਾਂ ਹੀ ਪਤਾ ਕਿ ਪਲੇਸਟੇਸ਼ਨ 5 ਨੂੰ ਸੋਨੀ ਵੱਲੋਂ ਪੂਰੀ ਸਪੋਰਟ ਮਿਲਣੀ ਆ ਤੇ ਫਰਸਟ ਪਾਰਟੀ ਗੇਮਸ ਬਹੁਤ ਵਧੀਆ ਲਾਂਚ ਹੋਣੀਆਂ। ਦੂਜੀ ਚੀਜ਼ ਆ ਕਿ ਪਲੇਸਟੇਸ਼ਨ 5 ਦਾ ਪ੍ਰਾਈਸ, ਉਹਨਾਂ ਨੇ ਕੰਪੈਰੀਟਿਵ ਮਾਰਕੀਟ ਕਰਕੇ ਪਲੇਸਟੇਸ਼ਨ 5 ਦਾ ਪ੍ਰਾਈਸ ਵੀ ਬਹੁਤ ਵਧੀਆ ਰੱਖਿਆ ਤੇ ਇਹਦੇ ਕਰਕੇ ਵੀ ਇਹਨੂੰ ਖਰੀਦਣ ਵਾਲਿਆਂ ਦੀ ਗਿਣਤੀ ਹੋਰ ਜ਼ਿਆਦਾ ਵੱਧ ਗਈ। ਪਲੇਸਟੇਸ਼ਨ 5 ਦੇ ਦੋ ਵਰਜ਼ਨ ਆ, ਵਿਦ ਡਿਸਕ ਤੇ ਵਿਦਆਊਟ ਡਿਸਕ। ਵਿਦਆਊਟ ਡਿਸਕ ਨੂੰ ਡਿਜੀਟਲ ਓਨਲੀ ਵਰਜ਼ਨ ਕਹਿੰਦੇ ਆ। ਇੰਡੀਆ ਦੇ ਵਿੱਚ ਵਿਦ ਡਿਸਕ 50,000 ਰੁਪਏ ਦਾ ਤੇ ਨਿਊਜ਼ੀਲੈਂਡ ਦੇ ਵਿੱਚ $850 ਦਾ ਲਾਂਚ ਹੋਇਆ। ਜਿਹੜਾ ਵਿਦਆਊਟ ਡਿਸਕ ਆ ਡਿਜੀਟਲ ਓਨਲੀ ਪਲੇਸਟੇਸ਼ਨ 5, ਉਹ ਇੰਡੀਆ ਦੇ ਵਿੱਚ $40,000 ਰੁਪਏ ਦਾ ਤੇ ਨਿਊਜ਼ੀਲੈਂਡ ਦੇ ਵਿੱਚ $650 ਦਾ ਆ। ਮੈਂ ਹਮੇਸ਼ਾ ਇਹ ਕਹੂੰਗਾ ਕਿ ਥੋੜ੍ਹੇ ਜਿਹੇ ਜ਼ਿਆਦਾ ਪੈਸੇ ਦੇ ਕੇ ਤੁਸੀਂ ਡਿਸਕ ਵਰਜ਼ਨ ਲੈ ਲਓ, ਕਿਉਂਕਿ 10,000 ਰੁਪਏ ਦੇ ਵਿੱਚ ਤੁਹਾਨੂੰ 4K ਪਲੇਅਰ ਮਿਲ ਰਿਹਾ, ਪਲੱਸ ਤੁਸੀਂ ਫਿਊਚਰ ਦੇ ਵਿੱਚ ਉਹੀ ਪੈਸੇ ਸੇਵ ਕਰ ਸਕਦੇ ਆ ਸੈਕਿੰਡ ਹੈਂਡ ਗੇਮਾਂ ਖਰੀਦ ਕੇ, ਆਪਣੇ ਦੋਸਤਾਂ ਤੋਂ ਗੇਮਾਂ ਮੰਗ ਕੇ ਤੇ ਆਪਣੇ ਦੋਸਤਾਂ ਨੂੰ ਗੇਮਾਂ ਦੇ ਕੇ। ਡਿਜੀਟਲ ਦੇ ਵਿੱਚ ਤੁਸੀਂ ਸਟੱਕ ਹੋ ਜਾਣਾ ਕਿ ਤੁਸੀਂ ਸਿਰਫ ਗੇਮਾਂ ਪਲੇਸਟੇਸ਼ਨ ਸਟੋਰ ਤੋਂ ਹੀ ਖਰੀਦ ਸਕਦੇ ਆ, ਤੁਸੀਂ ਆਪਣੇ ਦੋਸਤਾਂ ਨਾਲ ਉਹ ਗੇਮਾਂ ਸ਼ੇਅਰ ਨਹੀਂ ਕਰ ਸਕਦੇ, ਤੁਹਾਡੇ ਦੋਸਤਾਂ ਨੂੰ ਵੀ ਉਹ ਗੇਮਾਂ ਖਰੀਦਣੀਆਂ ਪੈਣੀਆਂ। ਇਸ ਕਰਕੇ ਮੈਂ ਡਿਸਕ ਵਰਜ਼ਨ ਖਰੀਦਿਆ। ਤੁਸੀਂ ਕਿਹੜਾ ਖਰੀਦਣਾ ਪਸੰਦ ਕਰੋਗੇ ਇਹ ਮੈਨੂੰ ਥੱਲੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਕਈ ਪਲੇਸਟੇਸ਼ਨ 4 ਦੀਆਂ ਗੇਮਸ ਦੇ ਪਲੇਸਟੇਸ਼ਨ 5 ਵਰਜ਼ਨ ਵੀ ਰਿਲੀਜ਼ ਹੋ ਚੁੱਕੇ ਆ, ਜਿੱਦਾਂ ਕਿ ਬਾਰਡਰਲੈਂਡ। ਆਹ ਡਿਸਕ ਪਲੇਸਟੇਸ਼ਨ 4 ਦੀ ਆ, ਬਟ ਇਹਨੂੰ ਮੈਂ ਜਿਸਲੇ ਪਲੇਸਟੇਸ਼ਨ 5 ਦੇ ਵਿੱਚ ਪਲੱਗ ਕਰਦਾ ਤਾਂ ਮੈਨੂੰ ਆਪਸ਼ਨ ਆਉਂਦੀ ਆ ਕਿ ਮੈਂ ਇਹਦਾ ਪਲੇਸਟੇਸ਼ਨ 5 ਵਰਜ਼ਨ ਖੇਲ ਸਕਦਾ ਡਾਊਨਲੋਡ ਕਰਕੇ। ਡਿਸਕ ਨੂੰ ਕਾਪੀ ਕਰਨ ਤੋਂ ਰੋਕੋ ਅਤੇ ਉਸ ਤੋਂ ਬਾਅਦ ਉਹਦੀ ਡਾਊਨਲੋਡ ਨੂੰ ਕੈਂਸਲ ਅਤੇ ਡਿਲੀਟ ਕਰ ਦਿਉ। ਫਿਰ ਗੇਮ ਦੇ ਮੈਨਿਊ ਦੇ ਵਿੱਚ ਜਾ ਕੇ ਤੁਸੀਂ ਉਹਦੇ ਸਟੋਰ ਤੋਂ ਪਲੇਸਟੇਸ਼ਨ 5 ਦਾ ਵਰਜ਼ਨ ਡਾਊਨਲੋਡ ਕਰੋ। ਪਲੇਸਟੇਸ਼ਨ 5 ਦੇ ਵਰਜ਼ਨ ਨੂੰ ਤੁਸੀਂ ਡਾਊਨਲੋਡ ਕਰਕੇ ਉਹਨੂੰ ਹੁਣ ਪਲੇਸਟੇਸ਼ਨ 5 ਦੇ ਵਿੱਚ ਖੇਲ ਸਕਦੇ ਹਾਂ। ਪਲੇਸਟੇਸ਼ਨ 4 ਦੀ ਗੇਮ ਨੂੰ ਵੀ ਤੁਸੀਂ ਪਲੇਸਟੇਸ਼ਨ 5 ਦੇ ਵਿੱਚ ਖੇਲ ਸਕਦੇ ਹਾਂ, ਪਰ ਉਹਦੇ ਨਾਲ ਤੁਹਾਨੂੰ ਜਿਹੜੀਆਂ ਐਡਵਾਂਸ ਫੀਚਰਸ ਆ ਉਹ ਨਹੀਂ ਮਿਲਣੇ। ਪਲੇਸਟੇਸ਼ਨ 4 ਦੀ ਗੇਮ ਦੀ ਕੁਆਲਿਟੀ ਵੀ ਪਲੇਸਟੇਸ਼ਨ 5 ਦੇ ਨਾਲੋਂ ਥੋੜ੍ਹੀ ਜਿਹੀ ਘੱਟ ਆ, ਅਤੇ ਜਿਹੜੀ ਪਰਫੋਰਮੈਂਸ ਵਰਸਿਸ ਫਿਡੈਲਿਟੀ ਦੀ ਆਪਸ਼ਨਸ ਤੁਹਾਨੂੰ ਪਲੇਸਟੇਸ਼ਨ 5 ਦੇ ਵਰਜ਼ਨ ਦੇ ਵਿੱਚ ਮਿਲਦੀ ਆ ਉਹ ਤੁਹਾਨੂੰ ਪਲੇਸਟੇਸ਼ਨ 4 ਦੇ ਵਰਜ਼ਨ ਦੇ ਵਿੱਚ ਨਹੀਂ ਮਿਲਣੀ। ਅਤੇ ਜਿਹੜਾ ਪਲੇਸਟੇਸ਼ਨ 5 ਦਾ ਕੰਟਰੋਲਰ ਆ ਉਹਦੇ ਅਡੈਪਟਿਵ ਟ੍ਰਿਗਰਸ ਵੀ ਪਲੇਸਟੇਸ਼ਨ 5 ਦੇ ਵਰਜ਼ਨ ਦੇ ਵਿੱਚ ਹੀ ਚੱਲਦੇ ਆ। ਜੇ ਤੁਸੀਂ ਗੇਮ ਨੂੰ ਪਲੇਸਟੇਸ਼ਨ 4 ਦੇ ਵਰਜ਼ਨ ਦੇ ਵਿੱਚ ਚਲਾਉਂਦੇ ਆ ਤਾਂ ਉਹ ਨਹੀਂ ਚੱਲਦਾ। ਹੁਣ ਤੱਕ ਕਈ ਲੋਕਾਂ ਨੇ ਗਲਤੀ ਦੇ ਨਾਲ ਪਲੇਸਟੇਸ਼ਨ 4 ਦੇ ਵਰਜ਼ਨ ਖੇਲੇ ਆ, ਅਤੇ ਇਸ ਫੀਡਬੈਕ ਨੂੰ ਸੁਣ ਕੇ ਸੋਨੀ ਨੇ ਪਿਛਲੇ ਹਫ਼ਤੇ ਹੀ ਰਿਲੀਜ਼ ਕੀਤੀ ਅਪਡੇਟ, ਜਿਹਦੇ ਨਾਲ ਜੇ ਤੁਸੀਂ ਗਲਤੀ ਨਾਲ ਪਲੇਸਟੇਸ਼ਨ 4 ਦਾ ਵਰਜ਼ਨ ਸਟਾਰਟ ਕਰਦੇ ਆ ਤਾਂ ਤੁਹਾਨੂੰ ਮੋਰੇ ਵਾਰਨਿੰਗ ਆ ਜਾਂਦੀ ਆ ਕਿ ਹਾਂ ਵੀ ਤੁਸੀਂ ਪਲੇਸਟੇਸ਼ਨ 4 ਦਾ ਵਰਜ਼ਨ ਖੇਲ ਰਹੇ ਆ, ਪਲੇਸਟੇਸ਼ਨ 5 ਦਾ ਨਹੀਂ। ਪਲੇਸਟੇਸ਼ਨ 5 ਦੇ ਵਿੱਚ ਸਿਰਫ 650 GB ਯੂਜ਼ੇਬਲ ਸਪੇਸ ਆ, ਜਿਹਦੇ ਵਿੱਚ ਤੁਸੀਂ ਸਿਰਫ ਪਲੇਸਟੇਸ਼ਨ 5 ਦੀਆਂ ਗੇਮਾਂ ਇੰਸਟਾਲ ਕਰੋ, ਅਤੇ ਜਿਹੜੀਆਂ ਪਲੇਸਟੇਸ਼ਨ 4 ਦੀਆਂ ਗੇਮਸ ਆ ਉਹਨਾਂ ਨੂੰ ਇੰਸਟਾਲ ਕਰਕੇ ਪਲੇਸਟੇਸ਼ਨ 5 ਦੇ ਉੱਤੇ ਖੇਲਣ ਵਾਸਤੇ ਮੈਂ ਕਹੂੰਗਾ ਤੁਸੀਂ ਐਕਸਟਰਨਲ ਹਾਰਡ ਡਿਸਕ ਦਾ ਇਸਤੇਮਾਲ ਕਰੋ। ਐਕਸਟਰਨਲ ਹਾਰਡ ਡਿਸਕ ਮਾਰਕੀਟ ਦੇ ਵਿੱਚ ਬਹੁਤ ਸਸਤੀਆਂ ਮਿਲ ਜਾਂਦੀਆਂ। 2-3 ਹਜ਼ਾਰ ਰੁਪਏ ਤੋਂ ਤੁਸੀਂ 500 GB ਦੀ ਹਾਰਡ ਡਿਸਕ ਲੈ ਕੇ ਆਪਣੇ ਪਲੇਸਟੇਸ਼ਨ 5 ਦੇ ਵਿੱਚ ਅਟੈਚ ਕਰਕੇ ਫੋਰਮੈਟ ਕਰੋ ਅਤੇ ਉਹਨੂੰ ਯੂਜ਼ ਐਜ਼ ਐਕਸਟੈਂਡਡ ਡਰਾਈਵ ਸਿਲੈਕਟ ਕਰੋ। ਪਲੇਸਟੇਸ਼ਨ 4 ਦੀਆਂ ਗੇਮਸ ਜੇ ਤੁਸੀਂ ਐਕਸਟਰਨਲ ਹਾਰਡ ਡਿਸਕ ਦੇ ਉੱਤੇ ਇੰਸਟਾਲ ਕਰਦੇ ਹਾਂ ਤਾਂ ਡਰੋ ਨਾ ਕਿ ਉਹ ਗੇਮਾਂ ਸਲੋ ਚੱਲੂਗੀਆਂ। ਤੁਹਾਡੀ ਹਾਰਡ ਡਿਸਕ ਜੇ ਸਲੋ ਵੀ ਆ ਤਾਂ ਵੀ ਪਲੇਸਟੇਸ਼ਨ 5 ਦੇ ਵਿੱਚ ਬਿਲਟ ਇਨ ਡੀਕੰਪਰੈਸ਼ਨ ਯੂਨਿਟ ਲੱਗਾ ਆ ਜਿਹੜਾ ਕਿ ਉਹ ਗੇਮਾਂ ਦੇ ਲੋਡਿੰਗ ਟਾਈਮ ਨੂੰ ਕਾਫੀ ਜ਼ਿਆਦਾ ਫਾਸਟ ਕਰ ਦਿੰਦਾ। ਮੈਂ ਪਲੇਸਟੇਸ਼ਨ 4 ਦੀਆਂ ਗੇਮਾਂ ਨੂੰ ਪਲੇਸਟੇਸ਼ਨ 5 ਦੀ ਇੰਟਰਨਲ ਹਾਰਡ ਡਿਸਕ 'ਤੇ ਚਲਾ ਕੇ ਦੇਖਿਆ ਅਤੇ ਐਕਸਟਰਨਲ HDD ਹਾਰਡ ਡਿਸਕ ਦੇ ਉੱਤੇ ਵੀ ਚਲਾ ਕੇ ਦੇਖਿਆ ਅਤੇ ਦੋਨਾਂ ਦੇ ਵਿੱਚ 5 ਜਾਂ 10 ਸੈਕਿੰਡ ਤੋਂ ਜ਼ਿਆਦਾ ਫਰਕ ਨਹੀਂ ਆਇਆ ਲੋਡਿੰਗ ਟਾਈਮਸ ਦੇ ਵਿੱਚ। ਇਹ ਤਾਂ ਗੱਲ ਹੋਈ ਜੀ ਪਲੇਸਟੇਸ਼ਨ 4 ਦੀਆਂ ਗੇਮਸ ਦੀ। ਤੁਸੀਂ ਪੁੱਛੋਗੇ ਪਲੇਸਟੇਸ਼ਨ 5 ਦੀਆਂ ਗੇਮਸ ਕਿੰਨੀਆਂ ਕੁ ਤੇਜ਼ ਚੱਲਦੀਆਂ ਪਲੇਸਟੇਸ਼ਨ 5 'ਤੇ? ਬਹੁਤ ਤੇਜ਼। ਪਲੇਸਟੇਸ਼ਨ 5 ਨੂੰ ਸਟਾਰਟ ਕਰਕੇ ਗੇਮ ਦੇ ਮੇਨ ਮੈਨਿਊ ਤੱਕ ਜਾਣ ਲਈ 30 ਸੈਕਿੰਡ ਤੋਂ ਵੀ ਘੱਟ ਟਾਈਮ ਲੱਗਦਾ। ਸਪਾਈਡਰਮੈਨ ਪਲੇਸਟੇਸ਼ਨ 4 ਗੇਮ ਦੇ ਵਿੱਚ ਤੁਹਾਨੂੰ ਟ੍ਰੇਨ ਰਾਈਡਸ ਯਾਦ ਹੋਣੀਆਂ। ਜਦੋਂ ਵੀ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਫਾਸਟ ਟਰੈਵਲ ਕਰਦੇ ਸੀਗੇ ਤਾਂ ਇੱਕ ਐਨੀਮੇਸ਼ਨ ਆਉਂਦੀ ਸੀ ਜਿਹਦੇ ਵਿੱਚ ਸਪਾਈਡਰਮੈਨ ਟ੍ਰੇਨ ਦੇ ਵਿੱਚ ਬੈਠਾ ਸੀ। ਇਹ ਐਨੀਮੇਸ਼ਨ ਕਵਰ ਕਰਦੀ ਸੀ ਲੋਡਿੰਗ ਟਾਈਮ ਨੂੰ। ਪਲੇਸਟੇਸ਼ਨ 5 ਦੇ ਵਰਜ਼ਨ ਦੇ ਵਿੱਚ ਸਪਾਈਡਰਮੈਨ ਦੇ ਫਾਸਟ ਟਰੈਵਲ ਇੰਨਾ ਜ਼ਿਆਦਾ ਫਾਸਟ ਆ ਕਿ ਇਹ ਬਾਏ ਡਿਫੋਲਟ ਉਹ ਐਨੀਮੇਸ਼ਨ ਡਿਸੇਬਲਡ ਆ। ਜੇ ਤੁਸੀਂ ਚਾਹੋ ਤਾਂ ਉਹਨੂੰ ਇਨੇਬਲ ਕਰ ਸਕਦੇ ਹਾਂ, ਬਟ ਲੋਡਿੰਗ ਟਾਈਮਸ ਨੂੰ ਕਵਰ ਕਰਨ ਦੀ ਲੋੜ ਨਹੀਂ ਕਿਉਂਕਿ ਲੋਡਿੰਗ ਟਾਈਮ ਪਲੇਸਟੇਸ਼ਨ 5 ਦੇ ਵਿੱਚ ਇੰਨੇ ਜ਼ਿਆਦਾ ਫਾਸਟ ਆ।
ਐਕਸਬਾਕਸ ਦੀ ਤਰ੍ਹਾਂ ਪਲੇਸਟੇਸ਼ਨ ਦੇ ਵਿੱਚ ਇਸ ਵੇਲੇ ਕੁਇਕ ਰਿਜ਼ਿਊਮ ਦੀ ਆਪਸ਼ਨ ਨਹੀਂ ਹੈਗੀ। ਜਾਣੀ ਕਿ ਇੱਕ ਗੇਮ ਨੂੰ ਖੇਡਦੇ ਹੋਏ ਜੇ ਤੁਸੀਂ ਦੂਸਰੀ ਗੇਮ ਦੇ ਵਿੱਚ ਜਾਂਦੇ ਆ ਤਾਂ ਪਹਿਲੀ ਗੇਮ ਉੱਥੇ ਕਲੋਜ਼ ਹੋ ਜਾਂਦੀ ਆ, ਸਸਪੈਂਡ ਨਹੀਂ ਹੁੰਦੀ। ਪਲੇਸਟੇਸ਼ਨ ਦੇ ਵਿੱਚ ਸਵਿਚਰ ਮੈਨਿਊ ਹੈਗਾ ਜਿਹੜਾ ਤੁਹਾਨੂੰ ਬਿਨਾਂ ਹੋਮ ਪੇਜ 'ਤੇ ਗਏ ਦੂਸਰੀ ਗੇਮ ਦੇ ਵਿੱਚ ਲੈ ਕੇ ਜਾਂਦਾ। ਇਹਦੇ ਵਿੱਚ ਇਸ ਵੇਲੇ ਕੋਈ ਵਾਰਨਿੰਗ ਨਹੀਂ ਆਉਂਦੀ ਕਿ ਤੁਹਾਡੀ ਗੇਮ ਕਲੋਜ਼ ਹੋ ਰਹੀ ਆ, ਜਿੱਥੋਂ ਮੈਨੂੰ ਲੱਗਦਾ ਹੈ ਕਿ ਜਾਣ ਬੁੱਝ ਕੇ ਸੋਨੀ ਨੇ ਰੱਖਿਆ, ਕਿਉਂਕਿ ਹੁਣ ਫਿਊਚਰ ਦੇ ਵਿੱਚ ਉਹ ਗੇਮ ਸਸਪੈਂਡ ਹੋਣੀ ਸ਼ੁਰੂ ਹੋ ਜਾਊਗੀ। ਇੱਕ ਮੌਕੇ 'ਤੇ ਮੈਂ ਇਹ ਚੀਜ਼ ਨੋਟਿਸ ਕੀਤੀ ਕਿ ਪਲੇਸਟੇਸ਼ਨ 5 ਦੇ ਵਿੱਚ ਜੇ ਤੁਸੀਂ ਗੇਮ ਕੈਪਚਰ ਕਰਦੇ ਆ 4K ਦੇ ਵਿੱਚ ਅਤੇ ਗੇਮ ਖੇਡਦੇ ਖੇਡਦੇ ਜੇ ਤੁਸੀਂ ਉਹ ਆਪਣਾ ਕੈਪਚਰ ਦੁਬਾਰਾ 'ਚ ਦੇਖਣਾ ਚਾਹੁੰਦੇ ਆ ਤਾਂ ਵਾਰਨਿੰਗ ਆਉਂਦੀ ਆ ਕਿ ਗੇਮ ਤੁਹਾਡੀ ਸਸਪੈਂਡ ਹੋ ਜਾਣੀ ਆ। ਅਤੇ ਮੈਨੂੰ ਲੱਗਾ ਕਿ ਸ਼ਾਇਦ ਉਹ ਗੇਮ ਪੂਰੀ ਤਰ੍ਹਾਂ ਕਲੋਜ਼ ਕਰ ਦਊਗਾ ਜਿੱਦਾਂ ਕਿ ਸਵਿਚ ਕਰਨ 'ਤੇ ਵੇਲੇ ਕਰਦਾ, ਅਤੇ ਮੈਂ ਕਿਹਾ ਕੋਈ ਗੱਲ ਨਹੀਂ ਕਰਕੇ ਦੇਖਦੇ ਹਾਂ। ਅਤੇ ਉਹ ਗੇਮ ਐਕਚੁਅਲੀ ਦੇ ਵਿੱਚ ਸਸਪੈਂਡ ਹੋਈ, ਕਲੋਜ਼ ਨਹੀਂ ਹੋਈ। 4K ਕੈਪਚਰ ਦੀ ਰਿਕਾਰਡਿੰਗ ਜਿਸ ਵੇਲੇ ਦੇਖ ਕੇ ਮੈਂ ਵਾਪਸ ਗੇਮ ਦੇ ਵਿੱਚ ਗਿਆ ਤਾਂ ਗੇਮ ਉੱਥੋਂ ਹੀ ਰਿਜ਼ਿਊਮ ਹੋ ਗਈ। ਅਤੇ ਗੱਲ ਕਰਦੇ ਹਾਂ 60 ਫਰੇਮਸ ਪਰ ਸੈਕਿੰਡ ਅਤੇ ਰੇਟ ਰੇਸਿੰਗ ਦੀ। ਜਿਸ ਵੇਲੇ ਸੋਨੀ ਨੇ ਪਲੇਸਟੇਸ਼ਨ ਲਾਂਚ ਕੀਤਾ ਤਾਂ ਜ਼ਿਆਦਾਤਰ ਗੇਮਾਂ ਤੁਹਾਨੂੰ ਦੋ ਆਪਸ਼ਨਸ ਦਿੰਦੀਆਂ ਸੀਆਂ, ਫਿਡੈਲਿਟੀ ਮੋਡ ਕੇ ਪਰਫੋਰਮੈਂਸ ਮੋਡ। ਫਿਡੈਲਿਟੀ ਮੋਡ ਦੇ ਵਿੱਚ ਤੁਸੀਂ ਨੇਟਿਵ 4K ਵਿਦ ਰੇਟ ਰੇਸਿੰਗ ਗੇਮ ਖੇਡਦੇ ਸੀਗੇ, ਬਟ ਫਰੇਮ ਰੇਟ 30 ਫਰੇਮਸ ਦੇ ਉੱਤੇ ਲੌਕ ਹੋਏ ਸੀਗੇ। ਇਹ ਵਾਲਾ ਐਕਸਪੀਰੀਅੰਸ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਸੀ ਦੇਖਣ ਨੂੰ ਪਿਕਚਰ ਕੁਆਲਿਟੀ, ਬਟ ਜਿਹੜਾ ਉਹਦਾ ਫਰੇਮ ਰੇਟ 30 ਫਰੇਮਸ ਹੋਣ ਕਰਕੇ ਗੇਮ ਕਾਫੀ ਬਲਰੀ ਨਜ਼ਰ ਆਉਂਦੀ ਸੀਗੀ, ਅਤੇ ਮੈਂ 60 ਫਰੇਮਸ ਜ਼ਿਆਦਾ ਪ੍ਰੈਫਰ ਕਰਦਾ। ਅਤੇ ਜੇ ਤੁਸੀਂ ਪਰਫੋਰਮੈਂਸ ਮੋਡ ਦੇ ਵਿੱਚ ਜਾਂਦੇ ਹਾਂ ਤਾਂ ਅਪਸਕੇਲਡ 4K ਮਿਲਦਾ, ਮਤਲਬ ਕਿ ਵੀਡੀਓ ਗੇਮ ਦੀ ਕੁਆਲਿਟੀ 1440p ਜਾਂ 1080p ਚੱਲਦੀ ਆ, ਅਤੇ ਉਹਨੂੰ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਵੀਡੀਓ ਕੁਆਲਿਟੀ ਇਨਹੈਂਸ ਕਰਕੇ ਉਹ ਤੁਹਾਨੂੰ 4K ਦੇ ਵਿੱਚ ਨਜ਼ਰ ਆਉਂਦੀ ਆ। ਅਤੇ ਇਸ ਫੀਚਰ ਦੇ ਵਿੱਚ ਤੁਹਾਨੂੰ ਰੇਟ ਰੇਸਿੰਗ ਵੀ ਨਹੀਂ ਮਿਲਦੀ ਸੀਗੀ। ਅਤੇ ਇੱਕ ਮਹੀਨੇ ਬਾਅਦ ਇਨਸੋਮਨੀਅਕ ਗੇਮਸ ਨੇ ਸਪਾਈਡਰਮੈਨ ਦੇ ਵਿੱਚ ਨਵੀਂ ਆਪਸ਼ਨ ਰਿਲੀਜ਼ ਕੀਤੀ, ਪਰਫੋਰਮੈਂਸ RT। ਹੁਣ ਵੀਡੀਓ ਗੇਮਸ ਨੂੰ ਤੁਸੀਂ ਪਲੇਸਟੇਸ਼ਨ 5 ਦੇ ਵਿੱਚ 4K ਦੇ ਵਿੱਚ ਖੇਡ ਤਾਂ ਸਕਦੇ ਹਾਂ, ਪਰ ਨਾਲ ਇਹਦੇ ਵਿੱਚ ਤੁਸੀਂ 4K ਵੀਡੀਓ ਰਿਕਾਰਡ ਵੀ ਕਰ ਸਕਦੇ ਹਾਂ। ਪਲੇਸਟੇਸ਼ਨ 4 ਦੇ ਵਿੱਚ ਜਦੋਂ ਤੁਸੀਂ ਗੇਮ ਖੇਡਦੇ ਸੀਗੇ, ਜੇ ਤੁਸੀਂ HDR TV 'ਤੇ ਗੇਮ ਖੇਡ ਰਹੇ ਹਾਂ ਤਾਂ ਵੀਡੀਓ ਦੀ ਕੁਆਲਿਟੀ ਜੇ ਤੁਸੀਂ ਰਿਕਾਰਡ ਕਰਦੇ ਸੀਗੇ ਤਾਂ ਬਹੁਤ ਜ਼ਿਆਦਾ ਬੇਕਾਰ ਹੋ ਜਾਂਦੀ ਸੀਗੀ। ਉਹਦੇ ਸਾਰੇ ਕਲਰ ਇੱਦਾਂ ਲੱਗਦੇ ਸੀ ਜਿੱਦਾਂ ਕਿਸੇ ਨੇ CRT TV ਦੇ ਉੱਤੇ ਚੁੰਬਕ ਰੱਖ ਦਿੱਤੀ ਹੋਵੇ। ਅਤੇ ਉਹ ਵਾਲੀ ਚੀਜ਼ ਪਹਿਲਾਂ ਤਾਂ ਪਲੇਸਟੇਸ਼ਨ 5 ਦੇ ਵਿੱਚ ਪੂਰੀ ਤਰ੍ਹਾਂ ਫਿਕਸਡ ਆ। ਸਿਆਣੇ ਕਹਿੰਦੇ ਆ ਹਾਥੀ ਖਰੀਦਣਾ ਸੌਖਾ, ਉਹਨੂੰ ਪਾਲਣਾ ਔਖਾ। ਇੱਦਾਂ ਹੀ ਜੇ ਤੁਸੀਂ ਇਹ ਪਲੇਸਟੇਸ਼ਨ 5 ਨੂੰ ਖਰੀਦਣ ਲਈ ਪੈਸੇ ਜਮ੍ਹਾਂ ਕਰ ਵੀ ਲਏ ਤਾਂ ਪਲੇਸਟੇਸ਼ਨ 5 ਦੀਆਂ ਗੇਮਾਂ ਖਰੀਦਣ ਨੂੰ ਤੁਹਾਨੂੰ ਬੈਂਕ ਤੋੜਨੀ ਪੈਣੀ ਆ, ਕਿਉਂਕਿ ਸੋਨੀ ਨੇ ਪਲੇਸਟੇਸ਼ਨ 5 ਦੀਆਂ ਗੇਮਾਂ ਦਾ ਪ੍ਰਾਈਸ ਨਿਊਜ਼ੀਲੈਂਡ ਵਿੱਚ $20 ਅਤੇ ਇੰਡੀਆ ਦੇ ਵਿੱਚ ₹2000 ਵਧਾ ਦਿੱਤਾ। ਪਰ ਡਰਨ ਦੀ ਲੋੜ ਨਹੀਂ, ਕਿਉਂਕਿ ਹਰ ਦੂਜੇ ਤੀਜੇ ਮਹੀਨੇ ਕੋਈ ਨਾ ਕੋਈ ਡੀਲ ਚੱਲਦੀ ਰਹਿੰਦੀ ਆ ਜਿੱਥੋਂ ਤੁਸੀਂ ਗੇਮਾਂ ਖਰੀਦ ਸਕਦੇ ਆ। ਅਤੇ ਜੇ ਤੁਸੀਂ ਡਿਸਕ ਵਰਜ਼ਨ ਪਲੇਸਟੇਸ਼ਨ 5 ਖਰੀਦਦੇ ਆ ਤਾਂ ਤੁਸੀਂ ਸੈਕਿੰਡ ਹੈਂਡ ਗੇਮਾਂ ਖੇਲ ਕੇ ਵੀ ਪੈਸੇ ਬਚਾ ਸਕਦੇ ਆ। ਦੂਸਰੀ ਗੱਲ ਇਹ ਆ ਕਿ ਸੋਨੀ ਨੇ ਮਾਈਕਰੋਸੋਫਟ ਗੇਮ ਪਾਸ ਦੇ ਨਾਲ ਕੰਪੀਟ ਕਰਨ ਵਾਸਤੇ ਪਲੇਸਟੇਸ਼ਨ ਸਟੋਰ ਦੇ ਉੱਤੇ ਪਲੇਸਟੇਸ਼ਨ ਪਲੱਸ ਮੈਂਬਰਸ਼ਿਪ ਦੇ ਵਿੱਚ 20 ਗੇਮਾਂ ਐਡ ਕੀਤੀਆਂ, ਅਤੇ ਇਹ ਗੇਮਾਂ ਨੂੰ ਤੁਸੀਂ ਪਲੇਸਟੇਸ਼ਨ 5 'ਤੇ ਜਾਂ 4 'ਤੇ ਤੁਸੀਂ ਖੇਡ ਸਕਦੇ ਆ ਬਿਨਾਂ ਕਿਸੇ ਐਡੀਸ਼ਨਲ ਕੋਸਟ ਤੋਂ। ਹੁਣ ਇੰਡੀਆ ਦੇ ਵਿੱਚ ਐਕਸਬੋਕਸ ਦਾ ਗੇਮ ਪਾਸ ₹800 ਦਾ ਮਿਲ ਰਿਹਾ। ਜੇ ਤੁਸੀਂ ਐਕਸਬੋਕਸ ਗੇਮ ਪਾਸ ਦੀ ਸਬਸਕ੍ਰਿਪਸ਼ਨ ਲੈਂਦੇ ਆ ਤਾਂ ਤੁਸੀਂ PC ਜਾਂ ਫਿਰ ਐਕਸਬੋਕਸ ਦੇ ਵਿੱਚ 200 ਤੋਂ ਜ਼ਿਆਦਾ ਗੇਮਾਂ ₹800 ਪਰ ਮੰਥ ਦੇ ਵਿੱਚ ਖੇਡ ਸਕਦੇ ਹਾਂ, ਜਿਹੜੀ ਕਿ ਬਹੁਤ ਜ਼ਿਆਦਾ ਕੰਜ਼ਿਊਮਰ ਫਰੈਂਡਲੀ ਅਪਰੋਚ ਆ ਮਾਈਕਰੋਸੋਫਟ ਵੱਲੋਂ। ਮੈਂ ਉਮੀਦ ਕਰਦਾ ਕਿ ਸੋਨੀ ਵੀ ਫਿਊਚਰ ਦੇ ਵਿੱਚ ਕੋਈ ਨਾ ਕੋਈ ਇੱਦਾਂ ਦਾ ਸਿਸਟਮ ਕੱਢੂਗਾ ਜਿਹਦੇ ਵਿੱਚ ਪਲੇਸਟੇਸ਼ਨ ਪਲੱਸ ਦੇ ਵਿੱਚ ਉਹ ਥੋੜ੍ਹੀਆਂ ਹੋਰ ਗੇਮਾਂ ਐਡ ਕਰੂਗੇ। ਇਹ ਤਾਂ ਹੋਈ ਗੇਮਾਂ ਦੀ ਗੱਲ, ਅਤੇ ਹੋਰ ਕਿਹੜਾ ਕੋਈ ਇੱਦਾਂ ਦਾ ਰੀਜ਼ਨ ਹੈ ਜਿਹਦੇ ਕਰਕੇ ਤੁਸੀਂ ਪਲੇਸਟੇਸ਼ਨ 5 ਖਰੀਦੋਗੇ? ਮੈਂ ਤੁਹਾਨੂੰ ਦੱਸਦਾ, ਜਿਹੜਾ ਪਲੇਸਟੇਸ਼ਨ 5 ਦਾ ਕੰਟਰੋਲਰ ਆ ਇਹ ਕਿਸੇ ਹੋਰ ਲੈਵਲ 'ਤੇ ਆ। ਉਹਦੇ ਜਿਹੜੇ ਅਡੈਪਟਿਵ ਟ੍ਰਿਗਰਸ ਆ ਉਹ ਤਾਂ ਬਹੁਤ ਵਧੀਆ ਆ। ਜਿਸ ਲਈ ਤੁਸੀਂ ਸ਼ੂਟਿੰਗ ਗੇਮਸ ਖੇਡ ਰਹੇ ਆ ਕਾਲ ਆਫ ਡਿਊਟੀ ਦੇ ਵਿੱਚ, ਜੇ ਤੁਹਾਡੇ ਕੋਲ ਮਸ਼ੀਨ ਗਨ ਆ ਤਾਂ ਕੰਟਰੋਲਰ ਦਾ ਟ੍ਰਿਗਰ ਕਾਫੀ ਵਾਈਬ੍ਰੇਟ ਕਰਦਾ ਅਤੇ ਬਹੁਤ ਅੱਛੀ ਫੀਲਿੰਗ ਆਉਂਦੀ ਆ ਕਿ ਜਿੱਦਾਂ ਤੁਸੀਂ ਐਕਚੁਅਲੀ ਦੇ ਵਿੱਚ ਗਨ ਸ਼ੂਟ ਕਰ ਰਹੇ ਆ। ਅਤੇ ਨਾਲ ਇਹਦੇ ਵਿੱਚ ਹੈਪਟਿਕ ਫੀਡਬੈਕ ਵੀ, ਜਿਹੜੀ ਕਿ ਡਿਊਅਲ ਸ਼ੌਕ ਕੰਟਰੋਲਰਸ ਉੱਤੋਂ ਕਾਫੀ ਵਧੀਆ ਅਪਗ੍ਰੇਡ ਆ। ਇਹ ਐਕਸਪੀਰੀਅੰਸ ਇੰਨਾ ਜ਼ਿਆਦਾ ਵਧੀਆ ਹੈ ਕਿ ਮੈਂ ਸ਼ਬਦਾਂ ਦੇ ਨਾਲ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ। ਜਦੋਂ ਵੀ ਮਾਲ ਵਗੈਰਾ ਖੁੱਲ੍ਹਦੇ ਆ, ਜੇ ਤੁਹਾਨੂੰ ਡੈਮੋ ਯੂਨਿਟ ਮਿਲਦਾ ਪਲੇਸਟੇਸ਼ਨ 5 ਦਾ ਤਾਂ ਮੈਂ ਕਹੂੰਗਾ ਕਿ ਇੱਕ ਵਾਰੀ ਜ਼ਰੂਰ ਐਕਸਪੀਰੀਅੰਸ ਕਰਕੇ ਦੇਖੋ। ਸਪਲਾਈ ਦੀ ਸ਼ੋਰਟੇਜ ਹੋਣ ਕਾਰਨ ਮਾਰਕੀਟ ਦੇ ਵਿੱਚ ਪਲੇਸਟੇਸ਼ਨ ਇਸ ਵੇਲੇ ਨਹੀਂ ਵਿਕ ਰਹੇ। ਕਈ ਲੋਕ ਦੁਕਾਨਾਂ 'ਤੇ ਜਾਂ ਔਨਲਾਈਨ ਦੁੱਗਣੇ ਪ੍ਰਾਈਸ ਦੇ ਵਿੱਚ ਪਲੇਸਟੇਸ਼ਨ 5 ਵੇਚ ਰਹੇ ਆ। ਇਹ ਵਾਲੇ ਪਲੇਸਟੇਸ਼ਨ ਤੁਸੀਂ ਨਾ ਖਰੀਦੋ। ਇੱਕ ਤਾਂ ਆਪਣੇ ਪੈਸਿਆਂ ਦੀ ਕਦਰ ਕਰੋ ਅਤੇ ਇੱਦਾਂ ਦਾ ਗਲਤ ਬਿਜ਼ਨਸ ਤੁਸੀਂ ਸਪੋਰਟ ਨਾ ਕਰੋ। ਦੂਸਰਾ, ਇਹ ਵਾਲੇ ਪਲੇਸਟੇਸ਼ਨ ਦੇ ਨਾਲ ਜ਼ਿਆਦਾਤਰ ਵਾਰੰਟੀ ਨਹੀਂ ਮਿਲਦੀ, ਅਤੇ ਇਹ ਵਾਰੰਟੀ ਹੋਣਾ ਬਹੁਤ ਜ਼ਰੂਰੀ ਆ ਸਪੈਸ਼ਲੀ ਪਲੇਸਟੇਸ਼ਨ ਵਰਗੇ ਨਵੇਂ ਹਾਰਡਵੇਅਰ ਦੇ ਲਈ। ਜਿਸ ਲਈ ਕੁਝ ਮਹੀਨਿਆਂ ਤੱਕ ਪਲੇਸਟੇਸ਼ਨ 5 ਮਾਰਕੀਟ ਦੇ ਵਿੱਚ ਆ ਗਿਆ, ਕੀ ਤੁਹਾਨੂੰ ਇਹ ਖਰੀਦਣਾ ਚਾਹੀਦਾ? ਹਾਂਜੀ ਬਿਲਕੁਲ। ਜੇ ਤੁਹਾਡੇ ਕੋਲ ਘਰ 4K TV ਹੈਗਾ ਆ ਅਤੇ ਤੁਹਾਨੂੰ ਵੀਡੀਓ ਗੇਮਸ ਦੇ ਵਿੱਚ ਵੀ ਦਿਲਚਸਪੀ ਆ ਤਾਂ ਪਲੇਸਟੇਸ਼ਨ 5 ਤੁਹਾਡੇ ਲਈ ਬਹੁਤ ਵਧੀਆ।
क्योंकि प्लेस्टेशन 5 दी गेम्स 4K दे विच 60 फ्रेम्स पर सैकेंड चल दी हैं जिहड़ी कि ज़्यादातर 4K टीवी इस वेले मार्केट दे विच सपोर्ट करते हैं। तो जे थोड़े को इस वेले 4K टीवी नहीं है तो मैं कहूँगा प्लेस्टेशन 5 हाले ना खरीदो, अपने पैसे जोड़ो तो 4K टीवी लो। तो जे जो तुम वधिया 4K टीवी ले लिया फिर प्लेस्टेशन 5 खरीदो, नहीं तो प्लेस्टेशन 4 प्रो भी बहुत वधिया ऑप्शन है क्योंकि अगले 2 साल तक एटलीस्ट सोनी ने काफ़ी गेमा अपनी प्लेस्टेशन 4 के उत्ते भी रिलीज़ करते रहना। अपना कीमती समा कढ के आ मेरी वीडियो नू देखण लई तुहाडा बहुत बहुत धन्यवाद। जे तुहाडे कोल कुछ क्वेश्चन आ प्लेस्टेशन 5 दे वास्ते जिहड़े मैं आंसर नहीं कीते ओह मैनू थल्ले कमेंटां दे विच जरूर दसो, ते मैं कोशिश करूँगा आने वाली वीडियोज़ दे विच मैं तुहाडे ओह क्वेश्चन आंसर करा। हैप्पी न्यू ईयर, ते अपनी सेहत का ध्यान रखो ते खुश रहो।